ਜਿਨ੍ਹਾਂ ਬੈਲੀਆਂ ਨੂੰ ਖੁਰਕ ਹੁੰਦੀ ਹੈ, ਖੁਰਕ ਹਰ ਵੇਲੇ ਕਦੇ ਅੱਗੋਂ ਲਾਉਂਦੇ ਰਹਿੰਦੇ ਨੇ, ਕਦੇ ਪਿੱਛੋਂ ਲਾਉਂਦੇ ਰਹਿੰਦੇ ਨੇ, ਕੋਈ ਨੀ ਵੇਖਦੇ ਮਹਿਫਲ, ਕੋਈ ਨੀ ਵੇਖਦੇ ਬੰਦਾ ਖੜਾ ਹੈ ਕਿ ਬੁੜੀ ਵੇਖਦੀ ਪਈ ਹੈ, ਬਸ ਜਿੱਥੇ ਖਾਰਸ਼ ਸ਼ੁਰੂ ਹੋਏ ਜਨਾਬ ਲਾਉਣਾ ਸ਼ੁਰੂ ਕਰ ਦਿੰਦੇ ਨੇ। ਔਰ ਬੜਾ ਬੰਦਾ ਅਜੀਬ ਜਿਹਾ ਲੱਗਦਾ, ਬੜਾ ਬੰਦਾ ਮਯੂਬ ਲੱਗਦਾ, ਬੜਾ ਭੈੜਾ ਜਿਹਾ ਲੱਗਦਾ, ਅੱਗੋਂ ਪਿੱਛੋਂ ਲਾਉਂਦਾ ਪਿਆ। ਤੇ ਉਹਨਾਂ ਬੇਲੀਆਂ ਵਾਸਤੇ ਸਾਡੀ ਮਸੀਹਾ ਮਰਹਮ ਔਰ ਮਸੀਹਾ ਕੋਰਸ ਹੈ। ਇਨਸ਼ਾਅੱਲਾ ਖੂਨ ਦੇ ਵਿੱਚ ਜਿੰਨਾ ਵੀ ਆਤਸ਼ਕੀ ਤੇ ਸੁਜ਼ਾਕੀ ਮਾਦਾ ਹੋਵੇਗਾ ਉਹਨੂੰ, ਇਹ ਸਾਡੇ ਜਿਹੜੇ ਨਾਲ ਕੀਮਤੀ ਹੋਮਿਓਪੈਥਿਕ ਡਰੋਪਸ ਨੇ ਤੇ ਇਹ ਮੁਸੱਫਾ ਗੋਲੀਆਂ ਨੇ, ਇਹ ਸਾਰੇ ਸੁਜ਼ਾਕੀ ਆਤਸ਼ਕੀ ਮਾਦੇ ਨੂੰ ਤੇ ਗੰਦੇ ਜਰਾਸੀਮ ਨੂੰ ਖੂਨ ਦੇ ਵਿੱਚੋਂ ਕੱਢ ਕੇ ਸੱਟ ਦੇਵਣਗੇ। ਔਰ ਜਿਹੜੀ ਸਾਡੀ ਮਸੀਹਾ ਮਰਹਮ ਹੈ, ਇਹ ਅਲਹਮਦੁਲਿਲਾ ਪਿਛਲੇ 15 ਸਾਲਾਂ ਤੋਂ ਮੈਂ ਇਸਤੇਮਾਲ ਕਰਵਾ ਰਿਹਾ ਤੇ ਅੱਲਾ ਦਾ ਸ਼ੁਕਰ ਹੈ, ਹਜ਼ਾਰਾਂ ਮਰੀਜ਼ ਜਿਹੜੇ ਨੇ ਉਹ ਸ਼ਿਫਾ ਹਾਸਿਲ ਕਰ ਚੁੱਕੇ ਨੇ ਔਰ ਦੁਆਵਾਂ ਦਿੰਦੇ ਰਹਿੰਦੇ ਨੇ। ਔਰ ਕਈ ਤਾਂ ਜਨਾਬ ਜਦੋਂ ਇਵੇਂ ਹੈ ਵੀ ਜਿਹੜੀਆਂ ਔਰਤਾਂ ਤੇ ਲੜਕੀਆਂ ਵਿਆਹੀਆਂ ਹੁੰਦੀਆਂ ਨਾ ਦੂਰ ਕਿਧਰੇ, ਉਹ ਜਦੋਂ ਪੇਕਿਆਂ ਤੇ ਆਉਂਦੀਆਂ ਨੇ ਤੇ ਕਹਿੰਦੀਆਂ ਜੀ ਹਕੀਮ ਸਾਹਿਬ ਕੋਲੋਂ ਜੀ ਅਸੀਂ ਮਰਮ ਲੈ ਕੇ ਜਾਣੀ ਹੈ, ਹਕੀਮ ਸਾਹਿਬ ਦੀ ਮਰਮ ਬੜੀ ਚੰਗੀ ਹੈ, ਉਹ ਸਾਡੇ ਕੋਲੋਂ ਅਲਹਮਦੁਲਿਲਾ ਮਰਮ ਲੈ ਕੇ ਉਹ ਆਦੇ ਜਾ ਕੇ ਸਹੁਰਿਆਂ ਤੇ ਵੀ ਦਿੰਦੇ ਨੇ, ਕਿਸੇ ਆਂਢੀ ਗੁਆਂਢੀ ਨੂੰ ਹੋਵੇ ਖਾਰਿਸ਼ ਤੇ ਉਹਨਾਂ ਜੋਗੇ ਵੀ ਸਾਡੇ ਕੋਲੋਂ ਦਵਾਈ ਲੈ ਕੇ ਜਾਂਦੇ ਨੇ। ਔਰ ਅਲਹਮਦੁਲਿਲਾ ਇਹ ਨੁਸਖਾ ਨਾ ਸਿਰਫ 15 ਸਾਲਾਂ ਤੋਂ ਮੈਂ ਇਸਤੇਮਾਲ ਕਰਵਾ ਰਿਹਾ, ਬਲਕਿ ਮੇਰੇ ਉਸਤਾਦ ਮੁਹਤਰਮ ਹਕੀਮ ਮੁਹੰਮਦ ਅਲਤਾਫ ਅੰਜਮ ਸਾਹਿਬ ਤਕਰੀਬਨ 25-30 ਸਾਲ ਤੋਂ ਇਹ ਨੁਸਖਾ ਇਸਤੇਮਾਲ ਕਰਵਾ ਰਹੇ ਨੇ ਔਰ ਹਜ਼ਾਰਾਂ ਮਰੀਜ਼ ਜਿਹੜੇ ਨੇ ਉਹ ਸ਼ਿਫਾ ਹਾਸਲ ਕਰ ਚੁੱਕੇ ਨੇ ਔਰ ਦੁਆਵਾਂ ਦਿੰਦੇ ਨੇ। ਤੇ ਜਿਹੜੇ ਮੇਰੇ ਬੇਲੀ ਤੇ ਦੋਸਤ ਸੱਜਣ ਤੇ ਮਿੱਤਰ ਸਾਡਾ ਪੂਰਾ ਮੁਕੰਮਲ ਮਸੀਹਾ ਕੋਰਸ ਮੰਗਵਾਉਣਾ ਚਾਹੁੰਦੇ ਹੋਣ ਤੇ ਗੰਦੀ ਖਾਰਸ਼, ਜ਼ਖਮਾਂ ਵਾਲੀ ਖਾਰਸ਼, ਪਾਣੀ ਵਾਲੀ ਖਾਰਸ਼, ਥਦਰੀ ਚੰਬਲ ਤੋਂ ਜਾਨ ਛੁਡਵਾਉਣਾ ਚਾਹੁੰਦੇ ਹੋਣ ਤੇ ਲੋਕਾਂ ਦੇ ਸਾਹਮਣੇ ਸ਼ਰਮਿੰਦਗੀ ਤੋਂ ਜਾਨ ਛੁਡਵਾਉਣਾ ਚਾਹੁੰਦੇ ਹੋਣ, ਉਹ ਸਾਡੇ ਨਾਲ ਰਾਬਤਾ ਕਰਕੇ ਸਾਡਾ ਮਸੀਹਾ ਕੋਰਸ ਮੰਗਵਾ ਕੇ ਇਸਤੇਮਾਲ ਕਰਨ ਤੇ ਗੰਦੀ ਖਾਰਸ਼ ਤੋਂ ਜਾਨ ਛੁਡਵਾਉਣ।